ਅੱਜ ਅਸੀਂ ਸਿਰਲੇਖ ਚੈਨਲ ਤੇ ਇੱਕ ਐਸੀ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੀ ਕਿ ਵਰਸੀ ਨਾਲ ਸੰਬੰਧਤ ਹੈ ਖਾਸ ਕਰਕੇ ਚਮਕੀਲਾ ਜੋੜੀ ਦੀ ਵਰਸੀ ਨਾਲ ਸੰਬੰਧਤ ਹੈ 8 ਮਾਰਚ 1988 ਨੂੰ ਪਿੰਡ ਮੈਸਮਪੁਰ ਨੇੜੇ ਫੈਲੌਰ ਜ਼ਿਲ੍ਹਾ ਜਲੰਧਰ ਉਹਨਾਂ ਨੂੰ ਦੋ ਸਾਧੀਆਂ ਸਮੇਤ ਹਾੜਾ ਲਾਉਣ ਤੋਂ ਪਹਿਲਾਂ ਹੀ ਬਰਸਖਾੜੇ ਦੀ ਤਿਆਰੀ ਵਿੱਚ ਸਨ ਗੋੜੀਆਂ ਦੀ ਬਿਛਾੜ ਨਾਲ ਸਵਰਗਾਂ ਵਿੱਚ ਪਹੁੰਚਾਇਆ ਹਾਲਾਂਕਿ ਉਸ ਦਿਨ ਅੰਤਰਰਾਸ਼ਟਰੀ ਇਸਤਰੀ ਦਿਵਸ ਸੀ ਤੇ ਫਿਰ ਵੀ ਗੋਲੀਆਂ ਚਲਾਉਣ ਵਾਲਿਆਂ ਨੇ ਕੋਈ ਨਾ ਧਿਆਨ ਰੱਖਦੇ ਹੋਏ ਸਾਜੀਆਂ ਸਵੇਤ ਅਮਰਜੋਤ ਨੂੰ ਵੀ ਸਦਾ ਦਿਨ ਹੀ ਸੁਲਾਇਆ ਹੁਣ ਜੇ ਅਸਲ ਵਿੱਚ ਗੱਲ ਦੇਖੀਏ ਤਾਂ ਗੁਰਬਾਣੀ ਵਿੱਚ ਵੀ ਸ਼ਬਦ ਆਉਂਦਾ ਜੋ ਉਪਜਿਓ ਸੋ ਬਿੰਸ ਹੈ ਜੋ ਵਾਦਾ ਹੋਇਆ ਉਹਨੇ ਖਤਮ ਹੋਣਾ ਹੈ ਚਾਹੇ ਕੋਈ ਵੀ ਇਨਸਾਨ ਹੈ ਜੋ ਵੀ ਹੈ ਉਸ ਸੰਦਰਭ ਦੇ ਵਿੱਚ ਅਸੀਂ ਜੇ ਬਰਸੀ ਦੀ ਗੱਲ ਕਰਦੇ ਆਂ ਬਰਸੀ ਉਸ ਮਹਾਨ ਆਦਮੀ ਦੀ ਉਸ ਬੰਦੇ ਦੀ ਮਨਾਈ ਜਾਂਦੀ ਹੈ ਜਿਹਦੇ ਕੋਲ ਜਾਤਾਂ ਜਾਂ ਉਹਦੇ ਆਉਣ ਵਾਲੀ ਪੀੜ੍ਹੀ ਕੋਲ ਜਾਂ ਉਹਦੇ ਅੱਪ ਦੇ ਕੋਲ ਬਹੁਤ ਪੈਸਾ ਹੋਵੇ ਔਰ ਬਰਸੀ ਖਾਸ ਕਰਕੇ ਸਰ ਆਪਣਾ ਕੀ ਹੈ ਜਨਤਕ ਪੱਦਰ ਤੇ ਜਿਹਨੂੰ ਆਮ ਲੋਕ ਮਨਾਉਂਦੇ ਆ ਉਹ ਉਸੇ ਹਾਲਤ ਵਿੱਚ ਮਨਾਇ ਜਾਂਦੀ ਹੈ ਜਦੋਂ ਉਸ ਵਿਅਕਤੀ ਦਾ ਸਮਾਜ ਨੂੰ ਕਲਾ ਨੂੰ ਲੋਕਾਂ ਦੇ ਕੋਈ ਜੀਵਨ ਪੱਧਰ ਚ ਕੋਲੜੀ ਜਾਂ ਲੋਕਾਂ ਦੇ ਕਿਸੇ ਵੀ ਕੰਮ ਆਣ ਵਾਲੀ ਚੀਜ਼ ਦੇ ਵਿੱਚ ਉਹਦਾ ਕੋਈ ਨਿਗਰ ਯੋਗਦਾਨ ਹੋਵੇ ਉਸੇ ਬੰਦੇ ਦੀ ਵਰਸੀ ਜਿਹੜੀ ਆ ਉਹ ਮੈਂ ਇਹ ਸਮਝਦਾ ਕਿ ਬਾਕੀ ਕਲਾਕਾਰਾਂ ਦੀ ਗਾਇਕਾਂ ਦੀ ਲੇਖਕਾਂ ਦੀ ਵਰਸੀ ਜ਼ਰੂਰ ਬਣਾਈ ਜਾਂਦੀ ਹੈ ਕਿਉਂਕਿ ਉਹਨਾਂ ਦਾ ਵੀ ਆਪਣੇ ਆਪਣੇ ਤਰੀਕੇ ਨਾਲ ਗਾਇਕੀ ਨੂੰ ਲੋਕ ਕਲਾ ਨੂੰ ਦੋਗਾਣਾ ਗਾਇਕੀ ਨੂੰ ਦੇਣ ਹੈ ਪਰੰਤੂ ਜਿਹੜੀ ਅਮਰਜੋਤ ਚਮਕੀਲਾ ਜੋੜੀ ਦੀ ਜਿਹੜੀ ਵਰਸੀ ਮਨਾਉਣੀ ਹੈ ਉਹ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਇਹ ਆਜਾਦੇ ਬਹੁਤ ਅਲੱਗ ਲੱਗਦੀ ਹੈ ਕੁਲਦੀਪ ਮਾਨਕ ਜੀ ਦੀ ਦਿਦਾਰ ਸੰਧੂ ਜੀ ਦੀ ਵਰਸੀ ਤੇ ਅਸੀਂ ਜਾ ਕੇ ਦੇਖਿਆ ਉਹ ਵੀ ਫਨਕਾਰ ਅੱਛੇ ਸੀ ਬਹੁਤ ਵਧੀਆ ਸੀ ਲੋਕਾਂ ਚ ਪ੍ਰਚਲਿਤ ਸੀ ਲੋਕਾਂ ਦੇ ਵਿੱਚ ਸਰਵ ਪ੍ਰਮਾਨਿਤ ਸੀ ਪਰੰਤੂ ਜੋ ਚਮਕੀਲਾ ਜੀ ਦੀ ਵਰਸੀ 1999 ਤੋਂ ਬਾਅਦ ਹਾਲਾਂਕਿ 1999 ਦੇ ਵਿੱਚ ਉਸ ਕਾਲੇ ਸਮੇਂ ਦੇ ਵਿੱਚ ਵਰਸੀ ਬਣਾਣੀ ਬੜੀ ਮੁਸ਼ਕਲ ਸੀ ਔਰ ਸੁਰਿੰਦਰ ਸੇਠੀ ਜੀ ਨੇ ਉਹਨਾਂ ਦੇ ਸਾਜ਼ੀਆਂ ਨੇ ਉਸ ਸਾਲ ਇੱਕ ਸਾਲ ਤੱਕ ਦਫ਼ਤਰ ਨੂੰ ਬਰਕਰਾਰ ਰੱਖਿਆ ਔਰ ਦਫ਼ਤਰ ਦੇ ਵਿੱਚ ਹੀ ਤਾਂ ਜਿੰਦੇਕੁੰਡ ਲਾ ਕੇ ਜਪਜੀਤ ਸਾਹਿਬ ਆਪਣਾ ਗੁਰ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਗਾ ਜਗਾ ਤੇ ਉਸ ਦੀ ਚਮਕੀਲਾ ਜੋੜੀ ਦੀ ਵਰਸੀ ਫਿਰ ਮਨਾਈ ਗਈ ਪੰਜਾਬੀ ਭਵਨ ਚ ਵੀ ਮਨਾਈ ਗਈ ਬਹੁਤ ਸਾਰੇ ਸੱਜਣ ਬਹੁਤ ਸਾਰੇ ਲੋਕ ਉਹਨਾਂ ਨੂੰ ਦਿਲੋਂ ਪਿਆਰ ਕਰਨ ਵਾਲੇ ਲਗਾਤਾਰ ਵਰਸੀ ਮਨਾਉਂਦੇ ਆ ਪਰ ਜਦੋਂ ਦੁੱਗਰੀ ਦੇ ਵਿੱਚ ਉਹਦੀ ਵਰਸੀ ਜੋੜੀ ਦੀ ਮਨਾਾਈ ਜਾ ਗਈ ਹੈ ਉਹ ਦਿਨ ਦੁੱਗਣੇ ਰਾਤ ਚੌਗਣੇ ਉਸ ਦੀ ਗਿਣਤੀ ਜਿਹੜੀ ਆ ਉਹ ਵੱਧਦੀ ਜਾਂਦੀ ਹੈ ਔਰ ਮੈਂ ਦੇਖਿਆ ਕਈ ਸਾਲਾਂ ਤੋਂ ਕਿ ਲੋਕ 5 6 ਤਰੀਕ ਨੂੰ ਹੀ ਆਉਣਾ ਸ਼ੁਰੂ ਹੋ ਜਾਂਦੇ ਆ ਆਪਣੇ ਆਪਣੇ ਏਰੀਏ ਦੇ ਵਿੱਚ ਰਹਿੰਦੇ ਆ ਤੇ ਉੱਥੇ ਉਹਦੀ ਦੁਗਰੀ ਜੋ ਨਦੀ ਸੁਮਾਦ ਹੈ ਜਿੱਥੇ ਉਹਨਾਂ ਦਾ ਕਰਿਮੇਸ਼ਰ ਹੋਇਆ ਸੀ ਉੱਥੇ ਆ ਕੇ ਆਪਣਾ ਸਜਦਾ ਕਰਦੇ ਹਨ ਚਮਕੀਲਾ ਜਿਹਦੀ ਵਰਸੀ ਦੇ ਵਿੱਚ ਮੈਂ ਇੱਕ ਨਵੀਂ ਚੀਜ਼ ਹੋਰ ਦੇਖੀ ਹੈ ਉਹ ਇਹ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਲੋਕ ਭੈਣ ਭਰਾ ਸੱਤ ਸਮੁੰਦਰੋਂ ਪਾਰ ਗਏ ਹੋਏ ਨੇ ਅਰ ਉਹ ਸਾਰੇ ਮਤਲਬ ਸਿੰਗਰਾਂ ਦੇ ਟੂਰ ਵੀ ਲਵਾਉਂਦੇ ਆ ਉਹਨਾਂ ਦੀ ਉਹਨਾਂ ਦੇ ਉਪਾਰਸਕ ਵੀ ਹਨ ਜਦੋਂ ਕਿ ਅਮਰਜੋਤ ਚਮਕੀਲਾ ਜੋੜੀ ਦੀ ਜਿਹੜੇ ਬਾਹਰ ਦੇ ਟੂਰ ਆ ਬਹੁਤ ਦੁੱਖ ਲੱਗੇ ਸ਼ਾਇਦ ਬਹਿਰਨਨ ਦਾ ਟੂਰ ਸੀ ਇੱਕ ਅਦਾ ਕੈਨੇਡਾ ਦਾ ਟੂਰ ਸੀ ਉਹਨਾਂ ਦਾ ਪਰੰਤੂ ਇੱਕ ਹੈਰਾਨੀ ਦੀ ਗੱਲ ਇਹ YouTube ਦੱਸਦੀ ਹੈ ਵੀ ਜਿਹੜੇ 1988 ਤੋਂ ਬਾਅਦ ਦੇ ਜਨਮੇ ਹੋਏ ਵਿਅਕਤੀ ਹਨ ਲੜਕੇ ਲੜਕੀਆਂ ਆਦਮੀ ਔਰਤਰੀ ਹਨ ਉਹ ਕੰਪੈਰੀਟਿਵਲੀ ਚਮਕੀਲੇ ਦੇ ਗੀਤਾਂ ਨੂੰ ਚਮਕੀਲੇ ਦੇ ਉਪਾਸ਼ਕ ਜ਼ਿਆਦਾ ਹਨ ਮੈਂ ਇਹਦਾ ਇੱਕ ਕਾਰਨ ਇਹ ਸਮਝਦਾ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬੀ ਬੰਦੇ ਡਿਫਰੈਂਟ ਅਲਗ-ਅਲਗ ਆਪਣਾ ਕੀ ਹੈ ਗਾਇਕਾਂ ਦੇ ਸਮਰਥਕ ਹੈਗੇ ਨੇ ਉਹਨਾਂ ਦੇ ਸਮਰਥਕ ਹੈਗੇ ਆ ਜ਼ਰੂਰ ਮੰਨਦੇ ਆ ਪਰ ਜਿਹੜੀ ਸੱਤ ਸਮੁੰਦਰੋਂ ਪਾਰ ਵਾਲੇ ਲੋਕ ਉਪਾਸ਼ਕ ਹਨ ਮੈਂ ਦੋ ਚੀਜ਼ਾਂ ਸਮਝਦਾ ਕਿ ਉਹਨਾਂ ਕੋਲ ਥੋੜਾ ਜਿਹਾ ਤਾਂ ਪੈਸਾ ਵੀ ਵੱਧ ਹੈ ਤੇ ਥੋੜਾ ਜਿਹਾ ਕੰਪੈਰੀਟਿਵਲੀ ਪੰਜਾਬ ਦੇ ਵਿੱਚ ਅਸੀਂ ਜਦੋਂ ਵਿਲੇ ਹੁੰਨੇ ਆਂ ਜ਼ਰੂਰ ਅਸੀਂ ਕਿਸੇ ਹੋਰ ਕਿਧਰ-ਉਧਰ ਕੰਮ 'ਚ ਲੱਗ ਜੰਨੇ ਆਂ ਉਹਨਾਂ ਨੂੰ ਸ਼ਾਇਦ ਪੰਜਾਬੀ 뮤직 ਹੀ ਇੱਕ سہਾਰਾ ਬਣਦਾ ਹੈ ਉਹਦੇ ਵਿੱਚ ਜੇ ਅਸੀਂ ਦੇਖੀਏ ਤਾਂ ਪੰਜਾਬੀ 뮤직 ਦੇ ਵਿੱਚੋਂ ਜਿਹੜੇ ਚਮਕੀਲੇ ਦੇ ਗੀਤ ਤਾਂ ਨੂੰ ਆਪਣੇ ਆਪਣੇ ਤਰੀਕੇ ਨਾਲ ਜਹੇ ਛੋਟੀ ਜੀ ਵੀਡੀਓ ਬਣਾ ਕੇ ਹੋਰ ਬਣਾ ਕੇ ਬੜਾ ਖੁਸ਼ ਹੋ ਕੇ ਪਾਉਂਦੇ ਨੇ ਔਰ ਬੜਾ ਮੈਂ ਦੇਖਿਆ ਕਿ ਇਸ ਵਾਰੀ ਚਮਕੀਲੇ ਤੇ ਇੱਕ ਚਮਕੀਲੇ ਜੋੜੀ ਤੇ ਇੱਕ ਮੂਵੀ ਵੀ ਬਣ ਰਹੀ ਹੈ ਔਰ ਉਹ ਮੂਵੀ ਬੜੀ ਬਾਕਾਇਦਾ ਬਹੁਤ ਅੱਛੀ ਰਹੇਗੀ ਉਹ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਚਮਕੀਲਾ ਜੀ ਦੀ ਜੋ ਵਰਸੀ 1999 ਤੋਂ ਲਗਾਤਾਰ ਮਨਾਈ ਜਾਂਦੀ ਹੈ ਔਰ ਦਿਨ ਪਰ ਦਿਨ ਉਹਦੇ ਵਿੱਚ ਹਰ ਸਾਲ ਉਹਦੇ ਵਿੱਚ ਜਿਹੜਾ ਸੁਧਾਰ ਆਉਂਦਾ ਹੈ ਨੈਸ਼ਨਲ ਚ ਉਹਦੀ ਵੀ ਗੱਲ ਕਰ ਰਿਹਾ ਹਾਂ ਹਾਂ ਈਸ਼ਵਰੀ ਜਿਹੜੀ ਹੁਣ 32ਵੀਂ ਵਰਸੀ ਮਤਲਬ 34ਵੀਂ ਵਰਸੀ ਜਿਹੜੀ ਸਾਰੀ ਮਨਾਈ ਹੈ ਉਹਦੇ ਵਿੱਚ ਮੁੱਖ ਮਹਿਮਾਨ ਸੁਰਿੰਦਰ ਸਿੰਧਾ ਜੀ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਮਕੀਲਾ ਜੀ ਦੇ ਗੀਤਾਂ ਦੀ ਚਮਕੀਲਾ ਜੀ ਦੇ ਡਿਊਟਸ ਦੀ ਡਿਫਰੈਂਟ ਚਾਹੇ ਸੋਲੋ ਗੀਤ ਹਨ ਚਾਹੇ ਉਹ ਡਿਊਟ ਗੀਤ ਹਨ ਚਾਹੇ ਅਮਰਜੋ ਦੇ ਸੋਲੋ ਗੀਤ ਹਨ ਇਹਨਾਂ ਦਾ ਇੱਕ ਕੰਪੀਟੀਸ਼ਨ ਰੱਖਾਂਗੇ ਉਸ ਕੰਪੀਟੀਸ਼ਨ ਦੇ ਵਿੱਚੋਂ ਜਿਹੜੇ ਬੱਚੇ ਬਹੁਤ ਅੱਛੇ ਮਤਲਬ ਉਹਨਾਂ ਦੀ ਤਰਜ਼ਾਂ ਤੇ ਜਾਂ ਉਹਨਾਂ ਦੇ ਪਿੰਗਲ ਅਰੂਜ਼ ਨੂੰ ਬਹੁਤ ਅੱਛੇ ਤਰੀਕੇ ਨਾਲ ਸਮਝ ਕੇ ਗਾਉਣਗੇ ਉਹਨਾਂ ਨੂੰ ਡਿਫਰੈਂਟ ਵੱਖ-ਵੱਖ ਤਰੀਕੇ ਨਾਲ ਜਿਹੜਾ ਹੈ ਉਹ ਇਨਾਮ ਵੀ ਦਿੱਤਾ ਜਾਏਗਾ ਤੋ ਜੇ ਜੇ ਹੁਣ ਮਤਲਬ ਮੈਂ ਅੱਜ ਦਾ ਟੌਪਿਕ ਜਿਹੜਾ ਇਹ ਸ਼ੁਰੂ ਕੀਤਾ ਸੀ ਨੇ ਕਿ ਮਕੀਲਾ ਜੋੜੇ ਦੀ ਬਰਸੀ ਦੇ ਵਿੱਚ ਕੀ ਭਿੰਨਤਾ ਹੈ ਜਾਂ ਕੀ ਗ੍ਰੇਟਨੈਸ ਹੈ ਉਹਦਾ ਸਭ ਤੋਂ ਵੱਡਾ ਇੱਕ ਹੋਰ ਚੀਜ਼ ਮਤਲਬ ਦੇਖੀ ਹੈ ਕਿ ਜਿਹੜੇ ਬਹੁਤੇ ਐਸਟੈਬਲਿਸ਼ਡ ਸਿੰਗਰ ਹਨ ਜਿਹੜੇ ਮਤਲਬ ਕੀ ਹੈ ਲੋਕਪੱਖੀ ਹਨ ਸਿੰਗਰ ਖਾਸ ਕਰਕੇ ਜਿਹਨੂੰ ਮੈਂ ਮਤਲਬ ਕੀ ਹੈ ਆ ਬਾਬਾ ਜੀ ਬੱਬੂ ਮਾਨ ਜੀ ਇਹ ਕਿਸੇ ਨਾ ਕਿਸੇ ਤਰੀਕੇ ਅਮਰਿਤਮਾਨ ਨੂੰ ਵੀ ਮੈਂ ਦੇਖਿਆ ਉਹ ਵੀ ਚਮਕੀਲੇ ਦਾ ਨਾਂ ਆਪਣੇ ਆਪਣੇ ਗੀਤ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਲੈਂਦੇ ਹਨ ਤਾਂ ਕਹਿਣ ਦਾ ਮਤਲਬ ਇਹ ਹੋਇਆ ਕਿ ਚਮਕੀਲਾ ਜੀ ਦਾ ਜਿਹੜਾ ਗਾਉਣ ਦਾ ਲਿਖਣ ਦਾ ਤਰਜ਼ ਬਣਾਉਣ ਦਾ ਤਰੀਕਾ ਸੀ ਉਹ ਅਸੀਂ ਇਹ ਕਹਾਂਗੇ ਕਿ ਸਾਰਿਆਂ ਨੂੰ ਵਿਲੱਖਣ ਸੀ ਔਰ ਉਹਦੇ ਤੱਕ ਕੋਈ ਵੀ ਬੰਦਾ ਹੱਦ ਤੱਕ ਕੋਈ ਵੀ ਜਿਹੜਾ ਕਲਾਕਾਰ ਨਹੀਂ ਪਹੁੰਚ ਸਕਿਆ ਜੇ ਅਸੀਂ ਉਸ ਪੱਖ ਤੋਂ ਦੇਖੀਏ ਤਾਂ ਅਸੀਂ ਇਹ ਕਹਾਂਗੇ ਕਿ ਜਿਹੜੀ ਚਮਕੀਲਾ ਜੀ ਦਾ ਜਿਹੜਾ ਗਾਇਕੀ ਹੈ ਚਮਕੀਲਾ ਜੀ ਦਾ ਜਿਹੜਾ ਅਮਰਜੋਤ ਦੀ ਗਾਇਕੀ ਹੈ ਉਹ ਬਹੁਤ ਬਾਖਮਾਲ ਤੇ ਬਹੁਤ ਨਿਗਰ ਹੈ ਜਿਹੜੀ ਚਮਕੀਲਾ ਜੁੜੀ ਹੈ ਉਹ ਸਿਰ ਕੱਢ ਸਿਰ ਮੌਰ 88 ਤੋਂ ਪਹਿਲਾਂ ਵੀ ਸੀ ਤੇ 88 ਤੋਂ ਬਾਅਦ ਖਾਸ ਕਰਕੇ ਆਫਟਰ ਡੈਥ ਜਿਹੜੀ ਹੈ ਉਹਨਾਂ ਦੇ ਹਰੇਕ ਗੀਤ ਨੂੰ ਹਰੇਕ ਸਿਸਟਮ ਨੂੰ ਹਰੇਕ ਸਿਸਟਮ ਦੇ ਵਿੱਚੋਂ ਬਹੁਤ ਅੱਗੇ ਤੋਂ ਅੱਗੇ ਤੋਂ ਅੱਗੇ ਬਹੁਤ ਵਧੀਆ ਗੱਲ ਚੱਲ ਰਹੀ ਹੈ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਅੱਗੇ ਤੱਕ ਜਾਏਗੀ ਪਲੀਜ਼ ਅਮਰ ਸਿੰਘ ਚਮਕੀਲਾ ਜੀ ਦੀ ਤੇ ਅਮਰਜੋਤ ਦੀ ਅਤੇ ਜਿਹੜੇ ਦੋ ਸਾਜੀ ਹੋਰ ਨਾਲ ਮਾਰੇ ਗਏ ਸੀ 8 ਮਾਰਚ 1988 ਨੂੰ ਜਦੋਂ ਕਿ ਉਸ ਦਿਨ ਅੰਤਰਰਾਸ਼ਟਰੀ ਇਸਤਰੀ ਦਿਨ ਵੀ ਸੀ ਮਹਿਸੂਸ ਹੁੰਦਾ ਹੈ ਕਿ ਘੱਟੋ ਘੱਟ ਜਿਹੜਾ ਮਾਰਨ ਵਾਲਾ ਕੋਈ ਵੀ ਵਿਅਕਤੀ ਹੈ ਉਹ ਇਸਤਰੀ ਤੇ ਹਾਰ ਕਰਨ ਲੱਗਿਆ ਵਿਚਾਰ ਕਰਦਾ ਹੈ ਕਰਨੀ ਚਾਹੀਦੀ ਸੀ ਔਰਸ ਟਾਈਮ ਉਹਨਾਂ ਤੋਂ ਨਹੀਂ ਹੋਈ ਉਹ ਗੱਲ ਲੱਗ ਹੈ ਤੋਂ ਇਹਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਚਮਕੀਲਾ ਜੋੜੀ ਦੇ ਨਾਲ ਜਿਹੜੇ ਦੋ ਸਾਜੀ ਹੋਰ ਮਾਰੇ ਗਏ ਉਹਨਾਂ ਦੀ ਵਰਸੀ 1999 ਤੋਂ ਲਗਾਤਾਰ ਮਨਾਈ ਜਾਂਦੀ ਹੈ ਔਰ ਇਸ ਵਰਸੀ ਦੇ ਵਿੱਚੋਂ ਅਸੀਂ ਇਹ ਦੇਖਦੇ ਹਾਂ ਕਿ ਹਰ ਸਾਲ ਕੋਈ ਨਾ ਕੋਈ ਗੁਣਾਤਮਕ ਪੱਖ ਕਲਾਤਮਕ ਪੱਖ ਐਸਾ ਅੱਗੇ ਉਮਰ ਕੇ ਆਉਂਦਾ ਹੈ ਜਿਹੜਾ ਕਿ ਦੇਸ਼ ਸਾਡੇ ਇਸ ਪੰਜਾਬ ਸੂਬੇ ਦੀ ਲੋਕ ਗਾਇਕੀ ਨੂੰ ਆਪਣੇ ਢੰਗ ਨਾਲ ਪਰਫੁੱਲਤ ਕਰੇਗਾ ਔਰ ਅੱਗੇ ਵਧਾਏਗਾ